अमरीका दे विचों पुलिस दा वड्डा अफसर बनिया पंजाब दा ए नौजवान। होशियारपुर दे कस्बा गर्दीवाला दा जंपल 33 साला नौजवान जसपिंदर सिंह सहोता अमरीका दे विचों पुलिस दा एक वड्डा अफसर बनिया, जिस तो बाद परिवारिक मैंबरां अते इलाके दे विच खुशी दी लहर है। मीडिया नाल गलबात करदे हो जसपिंदर सिंह सहोता दी माता ने दस्या कि उन्होंने कदे अजिहा सुपने विच नहीं सोचा सी कि उन्हां दा पुत्तर अमरीका दे विच पुलिस दा वड्डा अफसर बनेगा। ते ओह 4 साल पहला अमरीका गया सी। क्या नाम है जी तुहाडा? नरिंदर कौर। केड़ा पिंड है जी? डफर जी। ए जसपिंदर दे क्या लगदे हो तुसी? मदर। माता जी, एक पुत ने एक वड्डी उपलब्धि जिहड़ा उच्चा मुकाम हासिल किया विदेश की धरती दे विच रह के, सो की कहना चाहुंदे हो, किहो जिहा महसूस हो रहा जी हुण? ਇਹ ਤਾਂ ਬੇਟੇ ਦੱਸਣ ਵਾਲੀ ਗੱਲ ਨਹੀਂ, ਤੁਹਾਨੂੰ ਪਤਾ ਹੀ ਹੈ ਕਿ ਮਾਂ ਸਭ ਤੋਂ ਜ਼ਿਆਦਾ ਖੁਸ਼ੀ ਜਿਹੜੀ ਉਹ ਮਾਂ ਨੂੰ ਹੁੰਦੀ ਆ। ਜਿਹਨੇ ਪਹਿਲੋਂ ਬੱਚੇ ਨੂੰ ਪਾਲਿਆ ਹੁੰਦਾ, ਫਿਰ ਉਹਨੂੰ ਹੁੰਦਾ ਪੜ੍ਹਾਉਣਾ ਹੁੰਦਾ, ਫਿਰ ਇਹ ਹੁੰਦਾ, ਮਾਂ ਦੇ ਮਨ 'ਚ ਇਹ ਹੁੰਦਾ ਹੈ ਕਿ ਮਾਂ ਬਾਪ ਦੋਨਾਂ ਦੇ ਵੀ ਸਾਡਾ ਬੱਚਾ ਆਪਣੀ ਜਗ੍ਹਾ ਕਿਤੇ ਸੈੱਟ ਹੋ ਜਾਏ ਅਤੇ ਸਾਨੂੰ ਵੀ ਖੁਸ਼ੀ ਆ। ਔਰ ਅੱਜ ਜਿਹੜਾ ਮੁਕਾਮ ਸਾਡੇ ਬੇਟੇ ਨੇ ਹਾਸਲ ਕੀਤਾ ਹੈ, ਇਹ ਤਾਂ ਕੋਈ ਦੱਸਣ ਵਾਲੀ ਗੱਲ ਹੀ ਨਹੀਂ। ਕਦੇ ਅਸੀਂ ਸੋਚਿਆ ਵੀ ਨਹੀਂ ਸੀ ਕਿ ਵਾਹਿਗੁਰੂ ਸਾਡੇ 'ਤੇ ਵੀ ਇੰਨੀ ਵੱਡੀ ਕਿਰਪਾ ਕਰੂਗਾ। ਜਦੋਂ ਵੀ ਇੱਥੋਂ ਐਜ਼ ਅ ਸਟੂਡੈਂਟ ਫੋਰਨ ਦੇ ਵਿੱਚ ਜਾਂਦੇ ਨੇ, ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਸਾਡਾ ਯੂਥ ਜਾਂਦਾ, ਨੌਜਵਾਨ ਜਾਂਦਾ, ਉਹ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਉਹਨਾਂ ਦਾ ਮੋਟਿਵ ਇੱਕ ਹੀ ਹੁੰਦਾ ਕਿ ਜਾ ਕੇ ਜੀ ਆਪਾਂ ਟਰਾਲੇ 'ਤੇ ਚੜ੍ਹਨਾ ਜਾਂ ਆਪਾਂ ਕੰਮ ਕਰਨੇ, ਡਾਲੇ ਘੁਮਾਉਣੇ ਜਾਂ ਕਿਸੇ ਨਾ ਕਿਸੇ ਢੰਗ ਦੇ ਨਾਲ। ਪਰ ਤੁਹਾਡੇ ਬੇਟੇ ਨੇ ਇੱਕ ਯੂਥ ਲਈ ਵੀ ਇੱਕ ਜਿਹੜੀ ਆਪਾਂ ਕਹਿ ਸਕਦੇ ਕਿ ਐਗਜ਼ਾਮਪਲ ਸੈੱਟ ਕੀਤੀ ਹੈ ਜੀ। ਹਾਂਜੀ ਹਾਂਜੀ। ਸੋ ਕੀ ਕਹਿਣਾ ਚਾਹੁੰਦੇ ਹੋ ਉੱਥੇ ਇਸ ਵਿਸ਼ੇ 'ਤੇ ਵੀ? ਬਸ ਇਹੀ ਆ ਕਿ ਸਾਰੇ ਬੱਚਿਆਂ ਨੂੰ ਇਹੋ ਜਿਹਾ ਹਾਰਡ ਵਰਕ ਕਰਨਾ ਚਾਹੀਦਾ ਆ। ਜਿਹੜਾ ਵੀ ਚਲੋ ਜਦੋਂ ਜਾਂਦੇ ਹਾਂ ਆਪਾਂ ਇੰਨੇ ਪੈਸੇ ਲਾ ਕੇ ਜਾਂਦੇ ਹਾਂ, ਹੈ ਨਾ, ਉਹ ਤਾਂ ਚਲੋ ਮੈਰਿਜ ਬੇਸ 'ਤੇ ਗਿਆ, ਕੋਈ ਸਾਨੂੰ ਤਾਂ ਇੰਨੀ ਪ੍ਰੋਬਲਮ ਨਹੀਂ ਸੀ। ਸਾਰੇ ਉਹਦੇ ਮਤਲਬ ਸਹੁਰਾ ਪਰਿਵਾਰ ਬਹੁਤ ਵਧੀਆ, ਮਤਲਬ ਉਹਨਾਂ ਨੂੰ ਸਾਡੇ ਹੈਗੇ ਆ, ਮਤਲਬ ਉਹਦੇ ਫਾਦਰ ਇਨ ਲਾ, ਮਦਰ ਇਨ ਲਾ ਜਿਹੜੇ ਆ ਸਾਡੇ ਨਾਲ, ਇੱਦਾਂ ਮਤਲਬ ਸਾਨੂੰ ਲੱਗਦਾ ਹੀ ਨਹੀਂ ਕਿ ਉਹ ਸਾਡੇ ਬੇਟੇ ਦੇ ਸਹੁਰੇ ਆ, ਸਾਡੇ ਆਪਣੇ ਫੈਮਿਲੀ ਮੈਂਬਰ ਵਾਂਗੂ ਹੀ ਆ। ਅਤੇ ਬੇਟੇ ਦਾ ਜਿਹੜਾ ਬੇਟਾ ਆ ਉਹਨੂੰ ਵੀ ਉਹਨੀ ਮਤਲਬ ਪ੍ਰੀ ਮਚਿਓਰ ਡਿਲੀਵਰੀ ਹੋਈ ਸੀ ਉਹਦੀ, ਅਤੇ ਉਹ ਦੇਖ ਲਓ ਵੀ ਸਾਰਾ ਆਉਂਦਾ ਉਹਨਾਂ ਨੂੰ, ਦੋਨਾਂ ਨੂੰ ਮੀਆਂ ਬੀਬੀ ਨੂੰ ਪਤਾ ਹੀ ਨਹੀਂ ਕੁਛ ਵੀ, ਉਹਦੇ ਨਾਨੀ ਨਾਨਾ ਨੇ ਉਹਨੂੰ ਪਾਲਿਆ। ਉਸ ਤੋਂ ਪਹਿਲਾਂ ਤਾਂ ਮੈਂ ਆਪਣੀ ਪੂਰੀ ਫੈਮਿਲੀ ਨੂੰ ਕੰਗਰੈਚੁਲੇਸ਼ਨਸ ਕਹਿਣਾ ਚਾਹੂੰਗੀ ਕਿ ਸਾਡੇ ਭਾਅ ਜੀ ਨੇ ਐਡਾ ਵੱਡਾ ਮੁਕਾਮ ਹਾਸਿਲ ਕੀਤਾ ਉੱਥੇ। ਸਾਡੇ ਕਿਸੇ ਪੰਜਾਬੀ ਨੇ ਅੱਜ ਤੱਕ ਨਹੀਂ ਸੁਣਿਆ ਸੀ ਕਿ ਕੋਈ ਇਸ ਤਰ੍ਹਾਂ ਦਾ ਉੱਥੇ ਮੁਕਾਮ ਹਾਸਿਲ ਕੀਤਾ ਹੋਵੇ। ਇਹ ਪਹਿਲੀ ਆ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਹਾਰਡਵਰਕ ਨਾਲ ਉੱਥੇ ਜਾ ਕੇ ਆਪਣੀ ਸਕਸੈਸ ਨੂੰ ਹਾਸਿਲ ਕੀਤਾ ਆ। ਜਿਸ ਤਰ੍ਹਾਂ ਮੇਰੇ ਪਾਪਾ ਬਹੁਤ ਛੋਟੀ ਏਜ ਤੋਂ ਅੰਕਲ ਦੇ ਨਾਲ ਰਹੇ ਆ, ਉਹਨਾਂ ਦੇ ਪਾਪਾ ਦੇ ਨਾਲ, ਤਾਂ ਉਹ ਮੈਨੂੰ ਦੱਸਦੇ ਹੁੰਦੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸਭ ਕੁਛ ਕੀਤਾ, ਉਹ ਕਿੰਨੇ ਵਧੀਆ ਇੱਕ ਟੀਚਰ ਰਹੇ ਆ, ਕਿੰਨੇ ਵਧੀਆ ਇਨਸਾਨ ਰਹੇ ਆ। ਅਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਦਾ ਯੋਗਦਾਨ ਮੈਂ ਮੰਨਦੀ ਹਾਂ ਤਾਂ ਉਹਨਾਂ ਦੇ ਪੇਰੈਂਟਸ ਦਾ ਅਤੇ ਉਹਨਾਂ ਦੇ ਮੰਮਾ ਦਾ, ਕਿਉਂਕਿ ਜਦੋਂ ਅੰਕਲ ਬਿਮਾਰ ਹੋ ਗਏ ਸੀਗੇ ਉਹਨਾਂ ਲਈ ਇਹ ਬਹੁਤ ਔਖਾ ਸੀਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਫੈਮਿਲੀ ਨੂੰ ਮੈਨੇਜ ਕੀਤਾ। ਸਭ ਤੋਂ ਪਹਿਲਾਂ ਆਈ ਵਾਂਟ ਟੂ ਸਲਿਊਟ ਟੂ ਦੇਅਰ ਮਦਰ, ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੀ ਹੈ ਇਹਦੇ ਵਿੱਚ। ਅਤੇ ਬਾਕੀ ਰਹੀ ਗੱਲ ਸਾਡੇ ਭਾਅ ਜੀ ਦੀ, ਅਤੇ ਉਹ ਵੀ ਇੱਕ ਬਹੁਤ ਵਧੀਆ ਇਨਸਾਨ ਨੇ, ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਇੱਧਰ ਵੀ ਅਤੇ ਉੱਧਰ ਜਾ ਕੇ ਵੀ। ਆਈ ਵਾਂਟ ਟੂ ਸੇ ਕੰਗਰੈਟਸ ਟੂ ਮਾਈ ਬ੍ਰਦਰ। ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਹਰਸਿਮਰਨ ਕੌਰ। ਜਸਪਿੰਦਰ ਦੇ ਕੀ ਲੱਗਦੇ ਹੋ? ਮੈਂ ਸਿਸਟਰ ਹੀ ਲੱਗਦੀ ਹਾਂ ਉਹਨਾਂ ਦੇ। ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਭੈਣਾਂ ਦੀ ਤਮੰਨਾ ਹੁੰਦੀ ਹੈ ਕਿ ਭਰਾ ਉਹਨਾਂ ਦੇ ਵੱਧ ਤੋਂ ਵੱਧ ਤਰੱਕੀ ਕਰਨ। ਹਾਂਜੀ, ਦੇਖੋ ਮੈਂ ਤਾਂ ਬਹੁਤ ਖੁਸ਼ ਹਾਂ ਫਸਟਲੀ ਕਿ ਮਤਲਬ ਮੇਰੇ ਬ੍ਰਦਰ ਨੇ ਇੰਨੀ ਅਚੀਵਮੈਂਟ ਹਾਸਿਲ ਕੀਤੀ ਆ, ਅਤੇ ਉਹਨਾਂ ਦਾ ਹਾਰਡ ਵਰਕ ਆ ਜੋ ਉਹਨਾਂ ਕਰਕੇ ਹੀ ਉਹ ਉੱਥੇ ਤੱਕ ਪਹੁੰਚੇ ਆ। ਅਤੇ ਮੈਂ ਅੱਜ ਕੱਲ੍ਹ ਤੁਸੀਂ ਜਨਰੇਸ਼ਨ ਵੇਖੀ ਆ, ਅੱਜ ਕੱਲ੍ਹ ਦੇ ਮੁੰਡੇ ਕੀ ਕਰਦੇ ਨੇ, ਘੁੰਮਣ ਫਿਰਨ, ਬੰਕ ਮਾਰਦੇ ਸਕੂਲ ਤੋਂ ਜਾਂ ਕੁਛ, ਜਾਂ ਫਿਰ ਪਾਸਿੰਗ ਮਾਰਕਸ ਤੱਕ ਨਹੀਂ ਲੈ ਸਕਦੇ। ਬਟ ਮੈਂ ਕਹਿੰਦੀ ਹਾਂ ਇਹਨਾਂ ਨੇ ਸੈੱਟ ਕੀਤੀ ਆ ਐਗਜ਼ਾਮਪਲ ਪਿੰਡ ਵਿੱਚ, ਅਤੇ ਆਈ ਥਿੰਕ ਸਾਡੇ ਕੰਟਰੀ ਲੈਵਲ 'ਤੇ ਕਿ ਇੰਡੀਅਨ ਵੀ ਕੁਛ ਬਣ ਸਕਦੇ ਆ, ਕਿਉਂਕਿ ਖਾਸ ਕਰਕੇ ਫੋਰਨ ਕੰਟਰੀਜ਼ ਵਿੱਚ ਆਪਾਂ ਇੰਡੀਅਨ ਨੂੰ ਬਹੁਤ ਕਹਿੰਦੇ ਆ ਕਿ ਹਾਂ ਇਹ ਕੁਛ ਨਹੀਂ ਬਣ ਸਕਦੇ, ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਪ੍ਰੋਪਰ। ਫਸਟਲੀ ਆਪਣੀ ਪੰਜਾਬੀਆਂ ਦੀ ਵੀਕਨੈਸ ਹੁੰਦੀ ਆ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ, ਪੰਜਾਬੀ ਆਉਂਦੀ ਆ, ਇੰਗਲਿਸ਼ ਨਹੀਂ ਆਉਂਦੀ। ਸੋ ਮੈਂ ਕਹਿੰਦੀ ਹਾਂ ਕਿ ਪ੍ਰਾਊਡ ਮੂਵਮੈਂਟ ਆ ਸਾਡੇ ਸਾਰਿਆਂ ਲਈ, ਅਤੇ ਮੈਂ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਡਰੱਗਸ ਵਗੈਰਾ ਨੂੰ ਅਵੋਇਡ ਕਰਕੇ ਕੁਛ ਬਣੋ ਅਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ 6961 67000, ਬਿਨਾਂ ਤੋੜ ਤਕਲੀਫ ਤੋਂ, ਬਿਨਾਂ ਦਾਖਲ ਹੋਏ, ਬਿਨਾਂ ਕੰਮ ਛੱਡੇ, ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ।
देश विदेश च दवाई भेजण दा खास प्रबंध है। पता आनंद दवाखाना सामने बस स्टैंड पटियाला। डॉक्टर गुप्ता 6961 70,000।